ਤੁਸੀਂ ਮੇਰੀਆਂ ਗੱਲਾਂ ਦੇ ਆਸ਼ਿਕ ਹੋ। ਗੱਲਾਂ ਤੁਹਾਨੂੰ ਤਿੰਨ ਸੁਣਾਉਣੀਆਂ। ਪਹਿਲੀ, ਪੀਰ ਕਿਵੇਂ ਲੱਭਣਾ, ਮੁਰਸ਼ਦ ਕਿੰਜ ਲੱਭਿਆ ਜਾਂਦਾ। ਪਹਿਲੀ, ਕਿ ਮੁਰਸ਼ਦ ਕਿੰਜ ਲੱਭਿਆ ਜਾਂਦਾ। ਦੂਜੀ, ਕਈ ਲੋਕਾਂ ਦੀਆਂ ਮੰਨਤਾਵਾਂ ਪੂਰੀਆਂ ਕਿਉਂ ਨਹੀਂ ਹੁੰਦੀਆਂ। ਇਹ ਵੀ ਗੱਲ ਬਹੁਤ ਕੌੜੀ ਹੈ। ਤੀਸਰੀ, ਇੱਕ ਮੈਂ ਸ਼ੇਰ ਸੁਣਦਾ ਹੁੰਦਾ ਸੀ ਬਚਪਨ ਤੋਂ, ਸੁਣਦਾ ਆ ਰਿਹਾ। ਸਲੀਮ ਵੀ ਉਹ ਸ਼ੇਰ ਕਹਿੰਦਾ ਸਟੇਜ ਤੇ ਕਿ ਜਦੋਂ ਕਰਮ ਕਰੇ ਅੱਲਾ ਪਾਕ ਤੇ ਜੰਨਤ ਵਾੜ ਦਿੰਦਾ ਫੜ ਕੁੱਤੀਆਂ ਨੂੰ। ਮੈਂ ਇਹਦੇ ਤੇ ਸੋਚਿਆ ਕਿ ਸ਼ੇਰ ਬਹੁਤ ਕਲਾਕਾਰ ਕਹਿੰਦੇ ਨੇ, ਇਹ ਮਾਮਲਾ ਕੀ ਹੈ? ਉਹ ਕਿਹੜੀ ਕੁੱਤੀ ਸੀ, ਉਹ ਕਿਹੜਾ ਕੁੱਤਾ ਸੀ ਜਿਹਨੂੰ ਅੱਲਾ ਪਾਕ ਨੇ ਜੰਨਤ ਚ ਵਾੜ ਦਿੱਤਾ? ਐਵੇਂ ਤੇ ਕਿਸੇ ਨੇ ਸ਼ੇਰ ਨਹੀਂ ਲਿਖਤਾ, ਉਹ ਵੀ ਆਰਫ ਲੋਕਾਂ ਦੇ ਸ਼ੇਰ ਨੇ। ਇਹ ਕਿਸੇ ਤੇਰੇ ਮੇਰੇ ਵਰਗੇ ਦੇ ਸ਼ੇਰ ਰਿਹਾ ਨਹੀਂ ਕਿ ਐਵੇਂ ਮਨ ਘੜਤ ਗੱਲਾਂ ਬਣਾ ਬਣਾ ਕੇ ਤੁਕਬੰਦੀਆਂ ਕਰ ਕਰਕੇ ਬਣਾਏ ਨੇ, ਇਹ ਤੇ ਆਰਫ ਲੋਕਾਂ ਦੇ ਸ਼ੇਰ ਹੈ। ਉੱਥੇ ਬਾਬਾ ਬੁੱਲੇ ਸ਼ਾਹ, ਹਜ਼ਰਤ ਪੀਰ ਬਾਬਾ ਬੁੱਲੇ ਸ਼ਾਹ ਰਹਿਮਤੁੱਲਾ ਲੈ, ਹਜ਼ਰਤ ਸ਼ਾਹ ਹੁਸੈਨ ਰਹਿਮਤੁੱਲਾ ਲੈ, ਹਜ਼ਰਤ ਬਾਬਾ ਫਰੀਦ ਗੁਲਾਮ ਫਰੀਦ ਰਹਿਮਤੁੱਲਾ ਲੈ, ਉਹਨਾਂ ਬਜ਼ੁਰਗਾਂ ਨੇ ਉਹ ਸ਼ੇਰ ਲਿਖੇ ਜਿਸ ਮੁਕਾਮ ਤੇ ਹੁੰਦੇ ਸੀ ਉਹ ਸ਼ੇਰ ਲਿਖਦੇ ਸੀ। ਐਵੇਂ ਇੱਧਰਲੀ ਉੱਧਰਲੀ ਗੱਲ ਨਹੀਂ ਸੀ ਕਰਦੇ। ਉਹ ਇਹ ਦੋ ਤਿੰਨ ਚੀਜ਼ਾਂ ਆਪਦੀ ਖਿਦਮਤ ਪੇਸ਼ ਕਰੂੰਗਾ ਕਿ ਉਹ ਕਿਹੜਾ ਕੁੱਤਾ ਸੀ ਜਿਹਨੂੰ ਜੰਨਤ ਵਾੜਿਆ, ਸਰਚ ਕੀਤੀ ਇਹਦੇ 'ਤੇ, ਔਰ ਮੈਂ ਪੇਸ਼ ਕਰੂੰਗਾ ਉਸ ਗੱਲ ਨੂੰ ਕੁਰਾਨ ਦੇ ਹਵਾਲੇ ਦੇ ਨਾਲ। ਆਪਣੇ ਕੋਲੋਂ ਬੜਾਈ ਗੱਲ ਨਹੀਂ, ਕੁਰਾਨ ਦੇ ਹਵਾਲੇ ਨਾਲ ਪੇਸ਼ ਕਰੂੰਗਾ। ਸਵਾਦ ਨਾ ਮਿਸ਼ਰੀ ਅੰਦਰ, ਖੰਡਾਂ ਵੀ ਚਖ ਡਿੱਠੀਆਂ, ਪਰ ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਗੱਲਾਂ ਲਾਡੀ ਸ਼ਾਹ ਦੀਆਂ ਮਿੱਠੀਆਂ, ਗੱਲਾਂ ਨਾਲੋਂ ਪਰ ਸਾਰੀਆਂ ਚੀਜ਼ਾਂ ਨਾਲੋਂ ਗੱਲਾਂ ਲਾਡੀ ਸ਼ਾਦੀਆਂ ਮਿੱਠੀਆਂ। ਤੱਕ ਸਵਾਦ ਮਿਸ਼ਰੀ ਅੰਦਰ ਹੈ, ਚਖ ਡਿੱਠੀਆਂ, ਪਰ ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਗੱਲਾਂ ਮੇਰੇ ਸਾਈਂ ਦੀਆਂ ਮਿੱਠੀਆਂ। ਆਲੇ ਅਲੀ ਔਲਾਦ ਨਬੀ,
آلِ نبی اولادِ علی اے سیرت شکل اونا دی نام لیا لکھ پاپ پہ لیندے اور محل اندر دی چاندی نام لیا نام لیا لکھ پاپ نہ لیندے میں اندر دی لیندی رحمت دا دریا الہی ہر دم وگدا تیرا لاڈی شاہ جے ایک قطرہ بخشی تا کم بن جاوے میرا ਬੰਦਾ ਮੁਰਸ਼ਦ ਲੱਭਣ ਚੱਲ ਪਿਆ ਮੁਰਸ਼ਦ ਦੀ ਤਲਾਸ਼ ਦੇ ਵਿੱਚ ਚੱਲ ਪਿਆ ਬਾਬਾ ਜੀ ਬਹਿ ਜਾਓ ਮੇਰੇ ਸਾਈ ਬਹਿ ਜਾਓ ਤੇ ਮੁਰਸ਼ਦ ਦੀ ਤਲਾਸ਼ ਵਿੱਚ ਚੱਲ ਪਿਆ ਸੋਚਦਾ ਹੈ ਮੁਰਸ਼ਦ ਉਹਨੂੰ ਬਣਾਉਣਾ ਜਿਹਦੇ ਵਿੱਚ ਇੱਕ ਵੀ ਕਮੀ ਨਾ ਹੋਵੇ ਸੌ ਪ੍ਰਤੀਸ਼ਤ ਹੋਵੇ ਉਹਨੂੰ ਮੁਰਸ਼ਦ ਬਣਾਉਣਾ ਇੱਕ ਜਗ੍ਹਾ ਪਹੁੰਚਿਆ ਪੰਜ ਸੱਤ ਦਸ ਪੰਦਰਾਂ ਦਿਨ ਗੁਜ਼ਾਰੇ ਉਹਨਾਂ ਫਕਰਾਂ ਦੇ ਵਿੱਚੋਂ ਕੋਈ ਇੱਕ ਬੁਰਾਈ ਲੱਭ ਗਈ ਸੁਣ ਕੇ ਸੁਣ ਇੱਕ ਬੁਰਾਈ ਲੱਭ ਗਈ ਉਹਨਾਂ ਦਾ ਪੱਲਾ ਛੱਡ ਦਿੱਤਾ ਨਵੇਂ ਦੁਆਰੇ ਚੱਲ ਪਿਆ ਉੱਥੇ ਵੀ ਸੇਵਾ ਕੀਤੀ ਪੰਜ ਸੱਤ ਦਸ ਦਿਨ ਉਹਨਾਂ ਵਿੱਚੋਂ ਵੀ ਇੱਕ ਬੁਰਾਈ ਮਿਲ ਗਈ ਤੇ ਉਹਨਾਂ ਦਾ ਵੀ ਪੱਲਾ ਛੱਡ ਦਿੱਤਾ ਇਸੇ ਤਰ੍ਹਾਂ ਕਰਦਾ 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 99 ਪੀਰਾਂ ਕੋਲੇ ਗਿਆ 99 ਨੜਿਨਵੇਂ ਪੀਰਾਂ ਕੋਲੇ ਗਿਆ ਗੱਲ ਨਹੀਂ ਬਣੀ ਹੋਈ ਨਾ ਕੋਈ ਬੁਰਾਈ ਮਿਲਦੀ ਤੇ ਅੱਗੇ ਚੱਲ ਜਾਂਦਾ ਸੌਵੀਂ ਵਾਰੀ ਆ ਗਈ ਮੇਰੀ ਸਰਕਾਰ ਹਜ਼ਰਤ ਪੀਰ ਲਾਡੀ ਸਾਹਿਬ ਇਹ ਮੇਰਾ ਇਮੈਜੀਨੇਸ਼ਨ ਹੈ ਮੇਰੀ ਮੁਹੱਬਤ ਹੈ ਮੇਰਾ ਅਕੀਦਾ ਮੇਰੀ ਅਕੀਦਤਮੰਦੀ ਹੈ ਕਿ ਸਾਈਂ ਜੀ ਕੋਲੇ ਆ ਗਿਆ ਸੌਵੀਂ ਵਾਰੀ ਤੇ ਜਦੋਂ ਦਰਵਾਜ਼ਾ ਫੜਨ ਲੱਗਿਆ ਸਾਈਂ ਜੀ ਕਹਿੰਦੇ ਸਾਨੂੰ ਪਤਾ 99 ਕੋਲੋਂ ਆਇਆ ਸਾਨੂੰ ਪਤਾ 99 ਕੋਲੋਂ ਆਇਆ ਪਰ ਕੰਮ ਤੇਰਾ ਸਾਡੇ ਕੋਲ ਵੀ ਨਹੀਂ ਬਣਨਾ ਕਮੀਆਂ ਸਾਡੇ 'ਚ ਵੀ ਬਹੁਤ ਨੇ ਕੰਮ ਨਹੀਂ ਬਣਨਾ ਤੇਰਾ ਅੱਛਾ ਜੀ ਫਿਰ ਮੈਂ ਮੁੜ ਜਾ ਵਾਪਸ ਕਹਿੰਦੇ ਨਹੀਂ ਮੁੜਨ ਤੋਂ ਪਹਿਲਾਂ ਤੈਨੂੰ ਕੋਈ ਗੱਲ ਦੱਸਦੇ ਆ ਪੱਲੇ ਬੰਨ ਕੇ ਜਾਵੀਂ ਉਹ ਕੰਬਖਤਾ ਉਹ ਮੂਰਖਾ 99 ਕੋਲੋਂ ਆਇਆ ਤੇ 99 ਬੁਰਾਈਆਂ ਇਕੱਠੀਆਂ ਕਰੀ ਫਿਰਦਾ ਆਏ ਹਾਏ ਉਹ 99 ਕੋਲੋਂ ਆਇਆ ਤੇ 99 ਬੁਰਾਈਆਂ ਇਕੱਠੀਆਂ ਕਰੀ ਫਿਰਦਾ ਜੇ 99 ਕੋਲੋਂ 99 ਨਾਲ ਗੁਣਾ ਕਰਕੇ ਇਛਾਈਆਂ ਇਕੱਠੀਆਂ ਕਰਦਾ ਤੇ 9801 ਹੁੰਦੀਆਂ ਇਛਾਈਆਂ 99 ਕੋਲੋਂ 99 ਇਛਾਈਆਂ ਇਕੱਠੀਆਂ ਕਰਦਾ ਤੇ ਗੁਣਾ ਕਰ 99 ਬੁਰਾਈਆਂ ਦੇ ਜਗ੍ਹਾ ਤੇਰੇ ਕੋਲੇ 9801 ਇਛਾਈਆਂ ਹੁੰਦੀਆਂ ਕਹਿੰਦਾ ਹਾਂਜੀ ਸਾਈਂ ਜੀ ਕਹਿੰਦੇ ਹਾਂਜੀ ਇੰਨੀ ਗੱਲ ਕਹਿਣ ਦੀ ਦੇਰ ਸੀ ਨਜ਼ਰਾਂ ਨਾਲ ਨਜ਼ਰਾਂ ਮਿਲੀਆਂ ਤੇ ਮਲੰਗ ਦੇ ਪੈਰਾਂ 'ਚ ਡਿੱਗ ਗਿਆ ਐਵੇਂ ਭਟਕਦਾ ਰਿਹਾ ਮੁਰਸ਼ਦ ਤੇ ਤੁਸੀਂ ਹੋ ਮੁਰਸ਼ਦ ਤੇ ਤੁਸੀਂ ਹੋ ਕਿ ਮੈਂ ਬੁਰਾਈਆਂ ਵੱਲ ਨੂੰ ਪਾਣੀ ਦਾ ਗਲਾਸ ਅਕਸਰ ਆਪਾਂ ਗੱਲ ਕਰਦੇ ਹਾਂ ਅੱਧਾ ਖਾਲੀ ਅੱਧਾ ਭਰਿਆ ਹੋਇਆ ਕਈ ਲੋਕ ਖਾਲੀ ਵੱਲ ਦੇਖਦੇ ਰਹਿੰਦੇ ਨੇ ਤੇ ਕਹਿੰਦੇ ਨੇ ਅੱਧਾ ਭਰਿਆ ਅੱਧਾ ਖਾਲੀ ਹੈ ਤੇ ਕਈ ਲੋਕ ਸਿਰਫ ਭਰੇ ਹੋਏ ਵੱਲ ਦੇਖਦੇ ਨੇ ਕਹਿੰਦੇ ਪੂਰਾ ਹੀ ਭਰਿਆ ਹੋਇਆ ਗੱਲ ਸਿਰਫ ਇੰਨੀ ਹੈ ਸਾਈਂ ਜੀ ਨੇ ਅੱਖਾਂ ਖੋਲ ਦਿੱਤੀਆਂ ਤੇ ਪੈਰਾਂ 'ਚ ਡਿੱਗ ਕੇ ਕੀ ਕਹਿੰਦਾ ਮੈਨੂੰ ਚੜ ਗਈ ਵੇ ਤੇਰੇ ਨਾਮ ਵਾਲੀ ਮੈਂ ਕਿਹਾ ਚੜ ਗਈ ਵੇ ਤੇਰੇ ਨਾਮ ਵਾਲੀ ਬਾਬਾ ਜੀ ਬਹਿ ਜਾਓ ਪੈਸਿਆਂ ਵਾਲੇ ਸੇਵਾਦਾਰੋ ਬਹਿ ਜਾਓ ਇਹ ਅਲੀ ਵਾਲੀ ਗੁਰੂ ਨਾਨਕ ਤੇ ਇਹ ਸ਼ਾਮ ਵਾਲੀ ਗੁਰੂ ਨਾਨਕ ਤੇ
ਇਹ ਸ਼ਾਮ ਵਾਲੀ ਇਹ ਅਲੀ ਵਾਲੀ ਇਹ ਰਾਮ ਵਾਲੀ ਮੈਂ ਖੱਚੜ ਗਈ ਵੇ ਤੇਰੇ ਨਾਮ ਵਾਲੀ ਮੈਂ ਖੱਚੜ ਗਈ ਵੇ ਤੇਰੇ ਨਾਮ ਵਾਲੀ ਮੈਂ ਖੱਚੜ ਗਈ ਵੇ ਤੇਰੇ ਨਾਮ ਵਾਲੀ ਗੁਰੂ ਨਾਨਕ ਤੇ ਇਹ ਰਾਮ ਵਾਲੀ ਗੁਰੂ ਨਾਨਕ ਤੇ ਇਹ ਰਾਮ ਵਾਲੀ ਉਤਰ ਜਾਣ ਭਰਵਾ ਨਾਮ ਖੁਮਾਰੀ ਨਾਨਕ ਜੋ ਚੜੀ ਰਹੇ ਗੁਰੂ ਨਾਨਕ ਤੇ ਰਾਮ ਵਾਲੀ ਗੁਰੂ ਨਾਨਕ ਤੇ ਰਾਮ ਵਾਲੀ ਅਲੀ ਵਾਲੀ ਸ਼ਾਮ ਵਾਲੀ ਚੜ ਗਈ ਵੇ ਤੇਰੇ ਨਾਮ ਵਾਲੀ ਮੈਂ ਚੜ ਗਈ ਵੇ ਤੇਰੇ ਨਾਮ ਵਾਲੀ ਗੁਰੂ ਨਾਨਕ ਤੇ ਇਹ ਰਾਮ ਵਾਲੀ ਇਹ ਰਾਮ ਵਾਲੀ ਗੁਰੂ ਨਾਨਕ ਤੇ ਇਹ ਰਾਮ ਵਾਲੀ ਇਹ ਅਲੀ ਵਾਲੀ ਇਹ ਸ਼ਾਮ ਵਾਲੀ ਚੜਗੀ ਵੇ ਤੇਰੇ ਨਾਮ ਵਾਲੀ ਰਵਿਦਾਸ ਜੀ ਮਹਾਰਾਜ ਲਿਖਦੇ ਨੇ ਰਵਿਦਾਸ ਮਦਰਾ ਕਿਆ ਪੀਜੀਏ ਰਵਿਦਾਸ ਮਦਰਾ ਕਿਆ ਪੀਜੀਏ ਜੋ ਚੜੇ ਚੜੇ ਉਤਰਾਏ ਨਾਮ ਮਹਾਰਸ ਪੀਜੀਏ ਜੋ ਚੜੇ ਨਾਹੀਂ ਉਤਰਾਏ ਮੈਂ ਖੱਚੜ ਗਈ ਵੇ ਤੇਰੇ ਨਾਮ ਵਾਲੀ ਮੈਂ ਖੱਚੜ ਗਈ ਵੇ ਤੇਰੇ ਨਾਮ ਵਾਲੀ ਮੁਰਾਦ ਸ਼ਾਹ ਨੇ ਜਦ ਸੀ ਪੀਤੀ ਮੁਰਾਦ ਸ਼ਾਹ ਨੇ ਜਦ ਸੀ ਪੀਤੀ ਰਿੰਦ ਫਕੀਰ ਕਹਾਏ ਰਿੰਦ ਫਕੀਰ ਕਹਾਏ ਰਿੰਦ ਫਕੀਰ ਕਹਾਏ ਰਿੰਦ ਫਕੀਰ ਕਹਾਏ ਫਕੀਰ ਕਹਾਏ ਰਿੰਦ ਫਕੀਰ ਕਹਾਏ ਨਜ਼ਰ ਮਿਲਾ ਕੇ ਬੁਕਲ ਚ ਲੈ ਕੇ ਨਜ਼ਰ ਮਿਲਾ ਕੇ ਬੁਕਲ ਚ ਲੈ ਕੇ ਲਾਡੀ ਸ਼ਾਹ ਬਣਾਏ ਉਹਨੇ ਲਾਡੀ ਸ਼ਾਹ ਬਣਾਏ ਲਾਡੀ ਸ਼ਾਹ ਬਣਾਏ ਉਹਨੇ ਲਾਡੀ ਸ਼ਾਹ ਬਣਾਏ ਅਰਸ਼ਾਂ ਦੇ ਵਿੱਚੋਂ ਚੱਲ ਕੇ ਆਈ 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 ਇਹਨੂੰ ਸਮਝੀ ਨਾ ਤੂੰ ਆਮ ਵਾਲੀ ਮੈਂ ਚੜ ਗਈ ਵੇ ਨਾਮ ਵਾਲੀ ਮੈਂ ਚੜ ਗਈ ਵੇ ਤੇਰੇ ਨਾਮ ਵਾਲੀ ਵਿੱਚੋਂ ਚੱਲ ਕੇ ਆਈ ਅਰਸ਼ਾਂ ਦੇ ਵਿੱਚੋਂ ਚੱਲ ਕੇ ਆਈ ਅਰਸ਼ਾਂ ਦੇ ਵਿੱਚੋਂ ਚੱਲ ਕੇ ਆਈ ਅਰਸ਼ਾਂ ਦੇ ਵਿੱਚੋਂ ਚੱਲ ਕੇ ਆਈ ਇਹਨੂੰ ਸਮਝੀ ਨਾ ਤੂੰ ਆਮ ਵਾਲੀ ਮੈਂ ਚੜ ਗਈ ਵੇ ਤੇਰੇ ਨਾਮ ਵਾਲੀ ਮੈਂ ਚੜ ਗਈ ਵੇ ਤੇਰੇ ਨਾਮ ਵਾਲੀ ਬਾਬੇ ਨਾਨਕ ਨੇ ਜਦ ਪੀਤੀ ਅਵਲ ਅੱਲਾ ਬੋਲੇ
बाबे नानक ने जद पीती होना यो अव्वल अल्लाह बोले ओ बाबे नानक ने जद पीती हो बाबे नानक जद सी पी बाबे जब सीती अव्वल अल्लाह बोले बाबे नानक ने जद पीती अव्वल अल्लाह बोले रब दी तकड़ी दे विच पाके तेरा तेरा तोले सब दे सांझे पीर कहाए सब दे सांझे पीर कहाए सब दे सांझे पीर कहाए सब दे सब दे सांझे पीर कहाए सब दे सांझे पीर कहाए चढ़गी दे तेरे नावारी मैं क्या चढ़गी दे तेरे नावारी चढ़गी दे तेरे नावारी मैं क्या चढ़गी दे तेरे नावारी मैं क्या चढ़गी दे तेरे नावारी धन्ने भगत ने जद सी पीती धन्ने भगत ने जद सी पीती पत्थर चो ठाकुर पाया धन्य भगत ने जदसी पीती पत्थर चो ठाकुर पाया धन्य भगत ने जदसी पीती पत्थर चो ठाकुर पाया पत्थर चो ठाकुर पाया पाया जदसी पीती चो ठाकुर पाया शाम शाम दा नाम सी ओने हरसा नाल ते आया शाम शाम दा नाम सी ओने हरसा नाल ते आया शाम शाम दा नाम सी ओने हरसा नाल ते आया नजरा विचों रब मिल जाता नजरा विचों रब मिल जाता बाबे अगे शुरू हो गया बह जाओ मेरा वीर बह जाओ साईं जी तुहाडियां झोलियां भर दे परन बह जाओ सब नू मिलेगा ये नजराना सब नू मिलेगा बैठ जाओ आ एक चढ़गी वे मेरे नाम वाली चढ़गी वे तेरे नाम वाली चढ़गी वे तेरे नाम वाली एक हीरे का व्यापारी सी बॉम्बे का मुंबई तो एक हीरे का व्यापारी सी वो अपने हीरे की नुमाइश लाने वास्ते लाहौर आया कितने आया लाहौर आया उन्हें नुमाइश लाई है हीरिया की तो जिन्होंने जड़ा जड़ा हीरा चंगा लगे वह खरीद के लै गए एक बड़ा वेश कीमती हीरा जिदा नाम शबे फिरोज रात को चमकन वाला शबे फिरोज वेश कीमती वह किसी के हाथ च नहीं आया किसी के हाथ नहीं आया तो जब उन्हें अपनी नुमाइश बंद की पोटली बन के चलन लग्या वापस एक चोर की नजर पै गई
एक चोर की नजर पै गई। वो कहिंदा यह जिहड़ा हीरा किसी के हाथ नहीं आया इनू मैं चोरी करना। उन्हें जाके सलाम दुआ बुला दी, भाई साहब कित्थे जाना? कहिंदे जी मैं बॉम्बे जाना। ओ हो मैं भी बॉम्बे जाना, असी ते हमराही होए, चलो सफर तय हो जाएगा, चलते हैं कट्ठे कट्ठे। वह जिहड़ा हीरे संभालदा सी ओ कोई ऐरी गैरी चीज नहीं सी, ओ सी मेरे साईं लाडी शाह वर्गा हीरियां दा पारखू जोरी। जिन्हों हीरे की परख होंगी है वह चोर नहीं पछाण सकता, सोचने वाली गल है। वह समझ गया बंदा चोर है, वह कहता कोई गल नहीं आने दे। किसी जगह पर रात हुई, दोनों जने ने खाना खाधा कट्ठिया ने, तो जो सौन लगे तो सौन लगे ना कहते भी अपना अपना कुर्ता पा उतार के इतने टंग दें, किली ने टंग दिता। तो जो सुते तो चोर तो अख बचा के उस हीरे के व्यापारी ने अपनी जेबों हीरा कढ़िया तो चोर की जेबे पा दिता। चोर अद्धी राती उठाया, वह व्यापारी ने सारे कपड़े कुपड़े फरोल इधर उधर कर, हीरा होवे तो मिले। वो थक हार के सौ गया, तो जो सुता लेट तो उठना भी लेट सी, तो जौहरी मेरे साईं वर्गा उठिया चार बजे अमृत वेले उठिया अपने अल्लाह पाक का नाम लैण लई। चोर की जेबों हीरा कढ़िया तो अपनी जेबे पा लिया। जो सवेरे चाह ते कट्ठे होए वो कहिंदा चोर कहिंदा भाई साहब यह जिहड़ा तुहाडा हीरा सी शबे फिरोज मैनू पता लगे रात नूं चमकदा है, ये राती राती तुहाडा हीरा चमकिया ही नहीं। तो साईं जी कहिंदे क्यों नहीं चमकिया, आ देखते हीरा तो साडी जेबे चमकदा पिया। चोर सारा दिन परेशान, ना रोटी चंगी लगे ना पानी चंगा लगे, ये होया किंज। अगली रात फिर आ गई, उही काम फिर किया, सारी रात जेबां टटोलदा रहा टटोलदा रहा, कख नहीं मिलिया। सवेर हुई जो हीरा सिंह जी ने वापस अपनी जेबे पाया, पुछण लगा चोर कहिंदा जी राती तुहाडा हीरा फिर नहीं चमकिया? कहिंदे क्यों नहीं चमकिया, आ देखते साडी दे जेबे हले भी चमकदा, क्यों नहीं चमकिया? तीसरी रात आ गई, अज ते भावें मैनू इन्हां दी जान लैनी पै जावे, जे ढिड विच भी होए ना उत्थों भी कढ लैणा, छड्डदा नहीं छड्डदा। सौण तो पहला साईं जी ने फिर अपनी जेबे हीरा कढ़िया, चोर की जेबे पा दी। सारी रात गोछड़ियां फोल तबाही मचाती कमरे की। सवेरे जो कट्ठे होए ना फिर बाबा जी पुछया नहीं उन्हें भी हीरा कित्थे है, सिद्धा पैरी डिग गया। हाय हाय कदम चुम चुम के रोंदा, हंजुआ नाल पैर धो के पुछदा, ओ मैं तुहाडा कोई संगी साथी नहीं, मैं तुहाडा हमराही नहीं, मैं ते चोर हाँ, तुहाडा हीरा चुराउण वास्ते आया सी, और रब दा वास्ता मैनू ऐ ते दस दिओ हीरा है कित्थे। साईं जी कहिंदे आ जा पुत आ जा, सानू पता है तू चोर है, सानू पहला ही पता तू चोर है, आ जा तैनू दसीए हीरा कित्थे है। ओ कमलिया ओ तीन दिनां तों दूजियां दियां जेबां फोली जाना है, काश किते तू अपनी जेब फोली होंदी। आए हाय ओ दूजियां दे मंजे थले सोटा फेरी जाना, कदे अपने मंजे थले भी सोटा फेर। ना मस्जिद दी ना मंदिर दी ये गल है तेरे अंदर दी, तू क्यों मेरी मस्जिद ढावे मैं क्यों तोड़ा मंदिर नूं, तू क्यों मेरी मस्जिद ढावे मैं क्यों तोड़ा मंदिर नूं, आ जा दोवें बह के पढ़िए इक दूजे दे अंदर। सदियां वांगर अज भी कुछ नहीं जाना मस्जिद मंदिर दा, जिन्ने मंदिर शहीद होए जिन्नियां मस्जिदां शहीद होईयां उन्हां नूं शहीद करन दे विच किन्ने नौजवान शहीद होए। मेरा एक सवाल है, ओ जिहड़ियां मस्जिदां ते मंदिर गुरद्वारे शहीद होए सी ओ दुबारा बने के नहीं बने? दुबारा बने और उस तो भी ज्यादा खूबसूरत बने, उस तो भी ज्यादा श्रद्धा वाले बने। पर उन्हां नूं शहीद करन दे विच जिहड़ियां भैणां दे वीर चले गए,
ਜਿਹੜੀਆਂ ਭੈਣਾਂ ਦੇ ਸਿਰਾਂ ਦੇ ਸਾਈਂ ਚਲੇ ਗਏ, ਜਿਹਨਾਂ ਮਾਵਾਂ ਦੇ ਪੁੱਤ ਚਲੇ ਗਏ, ਉਹ ਵਾਪਸ ਕਦੇ ਆਏ ਨਹੀਂ ਆਏ। ਸਦੀਆਂ ਵਾਂਗਰ, ਸਦੀਆਂ ਵਾਂਗਰ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਿਰ ਦਾ। ਲਹੂ ਤੇ ਤੇਰਾ ਮੇਰਾ ਲੱਗਣਾ ਇੱਕ ਦੂਜੇ ਦੇ ਖੰਜਰ ਨੂੰ, ਤੂੰ ਬਿਸਮਿਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਖਿਲਾ, ਤੂੰ ਬਿਸਮਿਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਖਿਲਾ, ਮੈਂ ਨਾਨਕ ਦੀ ਬਾਣੀ ਪੜ੍ਹ ਕੇ ਦੇਵਾਂ ਲਾਡੀ ਸ਼ਾਹ ਦੇ ਲੰਗਰ ਨੂੰ। ਇੰਜ ਮਿਲਣਾ, ਮੈਂ ਨਾਨਕ ਦੀ ਬਾਣੀ ਪੜ੍ਹਦਾ ਵਾਂ ਤੇ ਤੂੰ ਬਿਸਮਿਲਾ ਪੜ੍ਹਦਾ ਵੇ, ਤੇ ਤੂੰ ਮੈਨੂੰ ਗੱਲ ਲਾਵੇਂ ਤੇ ਮੈਂ ਤੈਨੂੰ ਗੱਲ ਲਾਵਾਂ, ਤੂੰ ਮੈਨੂੰ ਗੱਲ ਲਾਵੇਂ ਤੇ ਮੈਂ ਤੈਨੂੰ ਗੱਲ ਲਾਵਾਂ। ਘਰ ਫੂਕ ਕੇ ਤਮਾਸ਼ਾ ਪੈਂਦਾ ਵੇਖਣਾ, 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 ਐਵੇਂ ਨੀ ਫਕੀਰੀ ਮਿਲਦੀ। ਘਰ ਫੂਕ ਕੇ ਤਮਾਸ਼ਾ ਪੈਂਦਾ ਵੇਖਣਾ, ਐਵੇਂ ਨੀ ਫਕੀਰੀ ਮਿਲਦੀ। ਘਰ ਫੂਕ ਕੇ ਤਮਾਸ਼ਾ ਪੈਂਦਾ ਵੇਖਣਾ, ਘਰ ਫੂਕ ਕੇ ਤਮਾਸ਼ਾ ਪੈਂਦਾ ਵੇਖਣਾ, ਐਵੇਂ ਦੀ ਫਕੀਰੀ ਮਿਲਦੀ। ਘਰ ਫੂਕ ਕੇ ਤਮਾਸ਼ਾ ਪੈਂਦਾ ਵੇਖਣਾ, ਐਵੇਂ ਦੀ ਫਕੀਰੀ ਮਿਲਦੀ। ਘਰ ਫੂਕ ਕੇ ਤਮਾਸ਼ਾ ਪੈਂਦਾ ਵੇਖਣਾ, ਘਰ ਫੂਕ ਕੇ ਤਮਾਸ਼ਾ ਪੈਂਦਾ ਵੇਖਣਾ, ਐਵੇਂ ਦੀ ਫਕੀਰੀ ਮਿਲਦੀ। ਤਮਾਸ਼ਾ ਪੈਂਦਾ ਵੇਖਣਾ, ਐਵੇਂ ਦੀ ਫਕੀਰੀ। ਧੂੰਆਂ ਬਾਲ ਕੇ ਹੱਡਾਂ ਦਾ ਪੈਂਦਾ ਸੇਕਣਾ, ਧੂੰਆਂ ਬਾਲ ਕੇ ਹੱਡਾਂ ਦਾ ਪੈਂਦਾ ਸੇਕਣਾ, ਐਵੇਂ ਨੀ ਫਕੀਰੀ ਮਿਲਦੀ। ਧੂੰਆਂ ਬਾਲ ਕੇ ਹੱਡਾਂ ਦਾ ਪੈਂਦਾ ਸੇਕਣਾ, ਐਵੇਂ ਨੀ ਫਕੀਰੀ ਮਿਲਦੀ। ਧੂੰਆਂ ਬਾਲ ਕੇ ਹੱਡਾਂ ਦਾ ਪੈਂਦਾ ਸੇਕਣਾ, ਧੂੰਆਂ ਬਾਲ ਕੇ ਹੱਡਾਂ ਦਾ ਪੈਂਦਾ ਸੇਕਣਾ, ਐਵੇਂ ਨੀ ਫਕੀਰੀ ਮਿਲਦੀ। ਧੂੰਆਂ ਬਾਲ ਕੇ ਹੱਡਾਂ ਦਾ ਪੈਂਦਾ ਸੇਕਣਾ, ਐਵੇਂ ਨੀ ਫਕੀਰੀ ਮਿਲਦੀ। ਮੈਂ ਖੜ ਗਈ ਵੇ ਤੇਰੇ ਨਾਮ ਵਾਲੀ, ਮੈਂ ਖੜ ਗਈ ਵੇ ਤੇਰੇ ਨਾਮ ਵਾਲੀ, ਤੇਰੇ ਨਾਮ ਵਾਲੀ। ਲਓ ਇੰਨੀ ਹਾਜ਼ਰੀ, ਪ੍ਰਵਾਨ ਕਰੋ ਮੇਰੇ ਸਾਈਂ ਦੇ ਦਰ 'ਤੇ। ਗੱਲਾਂ ਦਾ ਤੁਹਾਡਾ ਹੁਕਮ ਸੀ, ਮੈਂ ਸਮੇਂ ਦੇ ਨਜ਼ਾਕਤ ਨੂੰ ਸਮਝਦੇ ਹੋ ਕਿ ਆਪਾਂ ਪਰਿਵਾਰ ਦੇ ਹਾਂ, ਅਤੇ ਬਸ ਕਬੂਲ ਕਰੋ ਇੰਨੀ ਹਾਜ਼ਰੀ। ਜੈਕਾਰਾ ਮੇਰੇ ਸਾਈਂ ਦਾ। ਹਾਂ,